ਤੇ ਮੋਲ ਦੇ ਵਿੱਚ ਇਹ ਦੇਖੋ ਪਕੌੜੀਆਂ ਪਿੱਛੇ ਲੜਾਈ ਚੱਲ ਰਹੀ ਆ ਵੀ ਪਕੌੜੀਆਂ ਵਿੱਚ। ਗਾਇਜ਼ ਇੱਕ ਜੇ ਤੁਸੀਂ ਜ਼ਰੂਰੀ ਸੂਚਨਾ, ਇਹ ਜਿਹੜੀ ਚਟਣੀ ਖਿੰਡੀ ਹੋਈ ਹੈ ਨਾ ਟੇਬਲ 'ਤੇ। ਹੇ ਗਾਇਜ਼ ਵੈਲਕਮ ਬੈਕ ਟੂ ਨਿਊ ਵਲੌਗ, ਅਤੇ ਅੱਜ ਦੀ ਵੀਡੀਓ ਆਪਾਂ ਲੈ ਕੇ ਆਏ ਹਾਂ ਤਿਆਰ ਹੋ ਕੇ, ਅਤੇ ਚੱਲੇ ਹਾਂ ਅੱਜ ਚੰਡੀਗੜ੍ਹ। ਬਾਕੀ ਹੁਣ ਆਪਾਂ ਨੇ ਪਹਿਲਾਂ ਤਿਆਰ ਹੋ ਚੁੱਕੇ ਹਾਂ, ਅਤੇ ਆਪਾਂ ਨੇ ਆਪਣੇ ਨਾਲ ਜਾਣਗੇ ਆਪਣੇ ਇੰਦਰੀਤ ਬਾਈ ਜੀ ਅਤੇ ਮੋਨੂ ਬਾਈ, ਅਤੇ ਹੁਣ ਆਪਾਂ ਨੇ ਅੱਜ ਜਾਣਾ ਗਾ ਬੱਸਾਂ ਦੇ ਵਿੱਚ। ਸੋ ਬਣੇ ਰਹੋ ਵਲੌਗ ਦੇ ਵਿੱਚ, ਪਹਿਲਾਂ ਆਪਾਂ ਪਹੁੰਚਦੇ ਹਾਂ ਆਪਣੇ ਇੰਦਰੀਤ ਬਾਈ ਕੋਲ, ਅਤੇ ਫਿਰ ਮਿਲਦੇ ਹਾਂ ਤੁਹਾਨੂੰ ਦੇਵੀਗੜ੍ਹ ਪਹੁੰਚ ਕੇ। ਫਿਰ ਉਹ ਜੀ ਗਾਇਜ਼, ਇਹ ਆਪਣੇ ਇੰਦਰੀਤ ਬਾਈ ਗਾਇਜ਼, ਹੁਣ ਆਪਾਂ ਪਹੁੰਚ ਚੁੱਕੇ ਹਾਂ ਆਪਣੇ ਪਟਿਆਲਾ ਨਵੇਂ ਬੱਸ ਅੱਡੇ ਦੇ। ਗਾਇਜ਼ ਪਤਾ ਨਹੀਂ ਯਾਰ ਵਾਈਡ ਐਂਗਲ ਕਿਉਂ ਨਹੀਂ ਲੱਗ ਰਿਹਾ ਹੈਗਾ, ਮੈਨੂੰ ਲੱਗਦਾ ਮੁੰਡੇ ਨੇ ਵਾਈਡ ਐਂਗਲ ਖਰਾਬ ਕਰਤਾ ਹੈ ਫੋਨ ਦਾ। ਅਤੇ ਆਪਣੇ ਨਾਲ ਆਪਣੇ ਮੋਨੂ ਜੀ ਅਤੇ ਇੰਦਰੀਤ ਬਾਈ। ਸੋ ਆਪਾਂ ਨੇ ਪਹਿਲਾਂ ਮੀਟ ਤਾਂ ਨਹੀਂ ਕਰਾਇਆ ਹੈਗਾ ਕਿਉਂਕਿ ਜਲਦਬਾਜ਼ੀ ਦੇ ਵਿੱਚ ਆਪਣੀ ਬੱਸ ਰੁਕ ਗਈ ਸੀ, ਅਤੇ ਅੱਜ ਹੁਣ ਬੈਠਦੇ ਹਾਂ ਆਪਾਂ ਬੱਸ ਦੇ ਵਿੱਚ। ਪੁੱਛੋ 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 ਕੌਣ ਹੈ ਕੰਡਕਟਰ? ਹੈਲੋ ਨਿੰਮੇ। ਉਹ ਦੇਖੋ ਮਿੱਤਰੋ ਖੱਪ ਪਾਇਆ ਪਿਆ ਨਵੇਂ ਬੱਸ ਅੱਡੇ 'ਤੇ। ਚਲੋ ਜੀ ਮਿੱਤਰੋ, ਆਪਾਂ ਬੈਠ ਚੁੱਕੇ ਹਾਂ ਬੱਸ ਦੇ ਵਿੱਚ, ਅਤੇ ਅਤੇ ਬਾਕੀ ਰਾਸਤੇ ਵਿੱਚ ਮਿਲਦੇ ਹੈਗੇ ਤੁਹਾਨੂੰ ਦੋ ਬੰਦੇ ਬੈਠੇ ਹੈ ਯਾਰ ਪਿੱਛੇ ਲੇਡੀਜ਼, ਇਸ ਕਰਕੇ ਕੈਮਰਾ ਹੀ ਚੱਲੋ ਜੀ ਨੇ ਲੋ ਜੀ ਮਿੱਤਰ, ਆਪਾਂ ਨੇ ਲਈਆਂ ਸੰਤਰੇ ਟੋਪੀਆਂ, ਇਹ ਇੱਕ ਲੈਣ ਆਪਣੀ ਦਰੀਤ ਬਾਈ ਦੀ, ਇੱਕ ਮੇਰੀ, ਦੇਖੋ ਆਪਣੀ ਮੰਨੂ ਬਾਈ ਦੀ। ਆ ਜਾਓ ਕਰਦੇ ਹਾਂ ਆਪਾਂ ਇਹਨਾਂ ਦੀ ਸ਼ੁਰੂਆਤ। ਅਤੇ ਲਓ ਜੀ ਗਾਇਜ਼, ਹੁਣ ਆਪਾਂ ਪਹੁੰਚ ਚੁੱਕੇ ਹਾਂ ਚੰਡੀਗੜ੍ਹ, ਅਤੇ ਆਹ ਦੇਖੋ ਪਿੱਛੇ ਕਿਹੜਾ ਚੌਂਕ ਹੈ ਉਹ? ਚੌਂਕ ਦਾ ਨਾਮ ਤਾਂ ਬਾਈ ਜੀ ਆਪਣੇ ਇੰਦਰਜੀਤ ਬਾਈ ਨੂੰ ਪਤਾ ਹੈਗਾ। ਅਤੇ ਉਹ ਦੇਖੋ ਉਹ ਟਿਕਟ ਚੰਡੀਗੜ੍ਹ ਆ। ਅਤੇ ਆਹ ਦੇਖੋ ਸਾਹਮਣੇ ਟ੍ਰੈਫਿਕ ਪੁਲਿਸ, ਅਤੇ ਇੱਧਰ ਇਹ ਆ ਰਹੇ ਨੇ ਆਪਣੇ ਇੰਦਰਜੀਤ ਬਾਈ, ਇਹਨੂੰ ਦਿਖਾ ਨਹੀਂ ਸਕਦੇ, ਇੱਧਰ ਸੀਨ ਬਹੁਤ ਗਲਤ ਆ। ਇਹ ਆ ਚੁੱਕੇ ਨੇ। ਆਹ ਬਾਈ ਜੀ ਕਿਹੜਾ ਚੌਂਕ ਹੈਗਾ? ਉਹ ਸਾਲਾ ਹੱਥ ਬਣਾ ਲਈ, ਉਹ ਸਾਲਾ ਹੱਥ ਬਣਾ ਲਈ। ਉਹ ਕਿਹੜਾ ਚੌਂਕ ਆਇਓ? ਕੁਛ ਨੀ ਸਮਝ ਆ ਰਿਹਾ ਹੈਗਾ, ਤੈਨੂੰ ਬੜੀ ਗੁੱਸਾ ਕਰ ਗਈ ਗਾਈ ਜੀ, ਗੁੱਸਾ ਕਰ ਗਈ ਸਹੇਲੀ। ਗਾਇਜ਼ ਇੱਕ ਤਾਂ ਹੁੰਦੇ ਨੇ ਪੜ੍ਹੇ ਲਿਖੇ ਮੁੰਡੇ, ਅਤੇ ਇੱਕ ਹੁੰਦੇ ਨੇ ਅਨਪੜ੍ਹ। ਹੁਣ ਅਨਪੜ੍ਹਾਂ ਦੇ ਵਿੱਚ ਆਹ ਹੁੰਦੇ ਆ, ਦੇਖੋ ਮੈਂ ਹੁਣ ਚੜ੍ਹ ਗਿਆ ਵੀਡੀਓ ਨੂੰ ਦੇਖ ਕੇ, ਇਹ ਤਾਂ ਫੁੱਟਪਾਥ 'ਤੇ ਨਹੀਂ ਜਾ ਰਿਹਾ ਸੀਗਾ ਸੜਕ 'ਤੇ। ਇੱਕ ਹੁੰਦੇ ਆ ਡੰਗਰ, ਇੱਕ ਹੁੰਦੇ ਆ ਥੋੜ੍ਹੇ ਡੰਗਰ, ਇੱਕ ਹੁੰਦੇ ਆ ਮਹਾ ਡੰਗਰ। ਇਹ ਮਹਾ ਡੰਗਰ ਵਾਲੀ ਸ਼੍ਰੇਣੀਆਂ ਨੇ ਆ। ਇਹ ਦੇਖੋ ਆ ਗਏ, ਖਾਈ ਆ ਬਾਈ ਖਾਈ, ਪਤਾ ਤਾਂ ਮੈਨੂੰ ਪਤਾ ਤਾਂ। ਲੋਕ ਆਏ ਸਾਈਕਲੀਆਂ ਖੜੀਆਂ ਇੱਥੇ, ਅਤੇ ਆਪਾਂ ਇਹਨਾਂ ਦੇ ਚੱਕ ਕੇ ਲੈ ਕੇ ਜਾ ਸਕਦੇ ਹਾਂ। ਅਤੇ ਆ ਗਈ ਅੱਗੇ ਬੱਸ, ਉਹ ਇਹ ਤਾਂ ਬੱਸ ਦੇ ਵਿੱਚ ਚੱਲੀਏ। ਬਾਈ ਜੀ ਬੋਲਦਾ ਹੀ ਨਹੀਂ ਹੈਗਾ, ਫੋਨ 'ਤੇ ਲੱਗਿਆ ਹੋਇਆ ਮੁੰਡਾ। ਅਤੇ ਲੋਕ ਆਏ ਚੰਡੀਗੜ੍ਹ 'ਚ, ਆਹ ਦੇਖੋ ਫਿਰ ਹੜਤਾਲ,
ਪੈਟਰੋਲ ਪੰਪ ਦੇ ਐਡੀ ਲੰਬੀ ਲੈਨ ਆਪਾਂ ਨੂੰ ਬਹੁਤ ਟਾਈਮ ਹੋ ਗਿਆ ਇੱਥੇ ਚੱਲਦੇ ਚੱਲਦੇ ਨੂੰ, ਤੇ ਬਾਈ ਜੀ ਆਪਾਂ ਨੇ ਜਾਣਾ ਸੈਕਟਰ 34 ਤੇ ਬਹੁਤ ਦੂਰ ਹੈਗਾ। ਮੈਂ ਬਾਈ ਨੂੰ ਕਿਹਾ ਸੀਗਾ ਟੈਂਪੂ ਕਰ ਲੈਂਦੇ ਹਾਂ, ਪਰ ਬਾਈ ਨੇ ਕਿਹਾ ਪੈਸੇ ਬਚਾਓ, ਤੇ ਪੈਸੇ ਬਚਾਏ। ਮੈਂ ਕੋਲਡ ਡਰਿੰਕ ਦੀ ਬੋਤਲ ਲੈਣ ਲੱਗਿਆ ਸੀ, ਪੈਸੇ ਫੁੱਲ ਸੁੱਕੇ ਪਏ ਨੇ ਗਾਈਸ ਫੁੱਲ, ਪਰ ਬਾਈ ਜੀ ਕਹਿੰਦੇ ਨਹੀਂ, ਕਹਿੰਦੇ ਉੱਥੇ ਪਹਿਲਾਂ ਜਾ ਕੇ ਆਈਏ, ਉਹ ਤੋਂ ਬਾਅਦ ਖਾਵਾਂਗੇ। ਮੈਂ ਇੱਕ ਲਾਈਨ ਐਡ ਕਰੀਏ ਵੀਰ ਜੀ, ਹਾਂਜੀ ਬੋਲੋ, ਪੈਸੇ ਬਚਾਓ ਲੱਤਾਂ ਚਲਾਓ, ਪੈਸੇ ਬਚਾਓ ਲੱਤਾਂ ਚਲਾਓ, ਹੈ ਪੈਸੇ ਮੰਜ਼ਿਲ ਤੱਕ ਪਹੁੰਚ ਜਾਓ। ਹਾਂ ਉਹ ਤਾਂ ਠੀਕ ਹੈ ਬਾਈ ਜੀ, ਆਦਾਬ ਦੋਸਤੋ ਸਤਿ ਸ੍ਰੀ ਅਕਾਲ, ਚੱਲਦੇ ਹਾਂ ਫਿਰ ਮਿਲਦੇ ਹਾਂ, ਪਹਿਲਾਂ ਪਹੁੰਚੇ। ਬਾਕੀ ਟ੍ਰੈਫਿਕ ਦੇਖੋ, ਸੜਕਾਂ ਬਹੁਤ ਘੈਂਟ ਆ ਬਾਈ ਜੀ। ਪਿੱਛੇ ਲੰਗਰ ਲੱਗ ਰਿਹਾ ਸੀਗਾ ਕੜੀ ਚੌਲ ਦਾ, ਉੱਥੇ ਅਸੀਂ ਦੇਖਿਆ ਫੋਰਚੂਨਰ ਵਾਲੇ ਲੰਗਰ ਖਾ ਰਹੇ ਸੀਗੇ, ਫੋਰਚੂਨਰ ਵਾਲੇ ਗਾਈਸ ਮਰਸੀਡੀਜ਼ ਵਾਲੇ ਗਾਈਸ। ਹਾਂ ਨਹੀਂ ਨਹੀਂ ਉਹ ਜ਼ਿਆਦਾ ਹੋ ਗਿਆ, ਅੰਨਾ ਮਰਸੀਡੀਜ਼ ਖੜੀ ਸੀ, ਮੈਂ ਪਰੋ ਲੰਗਰ ਨਹੀਂ ਖਾ ਰਹੇ ਸੀ ਗਾਈਸ। ਤੇ ਭੀੜ ਦੇਖੋ ਯਾਰ, ਕਿਆ ਨਜ਼ਾਰਾ, ਰੋਪੜ ਕਿਸ ਕਾ ਖੋਪੜ, ਮਨਾਲੀ ਰੋਪੜ, ਅੱਛਾ ਰੋਪੜ। ਉਹ ਦੇਖੋ ਕੈਮਰੇ ਲੱਗੇ ਹੋਏ ਨੇ ਸੜਕਾਂ ਦੇ, ਥੋੜਾ ਹੋ ਗਿਆ ਵੀਰ ਜੀ ਚਲਾਨ ਭਰੋ ਪੈਸੇ। ਬਿਲਡਿੰਗਾਂ ਦੇਖੋ ਗਾਈਸ ਬਹੁਤ ਸੋਹਣੀਆਂ, ਚੱਕ ਲੈਣੇ ਮਾਮੇ ਆ ਗਏ, ਨਹੀਂ ਚੱਕਦੇ। ਆ ਦੇਖੋ ਗਾਈਸ ਆ ਚੌਂਕ ਹੈਗਾ, ਹੋਰ ਆ ਚੌਂਕ ਹੈਗਾ, ਤੇ ਆ ਦੇਖੋ ਆਪਾਂ ਨੇ ਇੱਥੇ ਕਰਨਾ ਰੋਡ ਕਰੋਸ, ਰੋਡ ਪਾਸ ਚੌਂਕ ਦੇ ਵਿੱਚ ਰੁਕ ਗਏ। ਹਜੇ ਆਪਣੀ ਲਾਲ ਬੱਤੀ ਆ ਗਈ, ਉਹ ਦੇਖੋ ਸਾਹਮਣੇ ਬਾਈ ਪਤਾ ਨੀ ਕਿੱਥੇ ਲੇਕ ਵੜ ਗਿਆ, ਦੇਖੋ ਕਿੱਥੇ ਘੁੰਮ ਰਹੇ, ਸਿੱਧਾ ਚੰਡੀਗੜ੍ਹ ਦੇ ਵਿੱਚ ਕਿੱਥੇ ਆ ਗਏ ਬਾਈ, ਸੱਚੀ ਕਰਾਂ ਬਾਈ ਆ ਗਿਆ ਉਦੋਂ ਪੱਕਾ ਗਏ। ਉਹ ਦੇਖੋ ਕਿਆ ਕਿਆ ਸੁੱਕ ਰਿਹਾ ਬਾਈ ਲੋਕਾਂ ਬਾਈ, ਸੱਚੀ ਇਹਨਾਂ ਬੰਦੇ ਨੇ ਬਹੁਤ ਦੁਖੀ ਕੀਤਾ ਹੋਇਆ ਮੈਨੂੰ, ਪਤਾ ਨੀ ਕਿੱਥੇ ਲੈ ਕੇ ਬਾਹਰ ਜਾਣਾ ਸੀਗਾ ਚੰਡੀਗੜ੍ਹ, ਕੀ ਸੀਨ ਹੈ ਇਹਨਾਂ ਦਾ, ਮੈਨੂੰ ਤਾਂ ਸੱਚੀ ਨੀ ਸਮਝ ਆ ਰਹੀ ਸੀਗੀ, ਸਾਲੇ ਪੁੱਠੇ ਬੰਦੇ ਆ ਇਹ ਸੱਚੀ। ਹਾਂਜੀ ਮਿਲ ਗਿਆ ਜੀ, ਬਸ ਮੈਡਮ ਜੀ ਨਾਲ ਗੱਲ ਕਰਦੇ ਨੇ ਮੁੰਡੇ, ਸੋ ਕਰ ਲੈਣ ਦੋ ਇਹਨਾਂ ਨੂੰ ਗੱਲਾਂ, ਮਿਲਦੇ ਆ 34 ਸੈਕਟਰ ਪਹੁੰਚ ਗਏ। ਤੇ ਲਓ ਜੀ ਗਾਈਸ ਆਪਾਂ ਪਹੁੰਚ ਚੁੱਕੇ ਮੋਲ 'ਚ, ਅਤੇ ਕਹਿੰਦੇ ਆਪਾਂ ਨੇ ਜਾਣਾ ਹੈਗਾ ਬੈਕ ਸਾਈਡ, ਉੱਥੇ ਆਪਣਾ ਜੋ ਵੀ ਸੈਮੀਨਾਰ ਲੱਗੇਗਾ ਉੱਥੇ ਦਿਖਾਉਂਦੇ ਹਾਂਗੇ ਤੁਹਾਨੂੰ ਜਾ ਕੇ। ਆਹ ਦੇਖੋ ਚੜ੍ਹਾ, ਅੱਛਾ ਅਤੇ ਲਓ ਜੀ ਗਾਈਸ ਬਿਲਡਿੰਗ ਆਪਾਂ ਨੂੰ ਮਿਲ ਗਈ, ਅਤੇ ਇੱਥੇ ਆਪਾਂ ਨੇ ਫਲੋਰ ਲੱਭਣਾ ਹੈਗਾ, ਅਤੇ ਆ ਜਾਓ ਹੁਣ ਚੱਲਦੇ ਹਾਂ ਆਪਾਂ ਅੰਦਰ, ਅਤੇ ਲੱਭਦੇ ਹਾਂ ਫਲੋਰ, ਆ ਜਾਓ। ਉਹ ਇੰਦਰਜੀਤ ਬਾਈ ਕਿੱਥੇ ਨੇ ਆਪਣੇ, ਆਹ ਦੇਖੋ ਗਾਈਸ ਕਿੱਥੇ ਆਪਣੇ ਅੰਦਰ ਜੀ, ਉਹ ਥੱਲੇ ਗੱਲ ਕਰ ਰਹੇ ਨੇ, ਫੋਨ ਆਉਣ ਡਿਆ ਮੇਰੇ ਕੋਲ। A few moments later. ਤੇ ਲਓ ਜੀ ਗਾਈਸ ਆਪਾਂ ਆ ਚੁੱਕੇ ਹਾਂ ਆਪਣੇ ਇੱਥੇ ਜਿਹੜਾ ਇੰਸਟੀਚਿਊਟ ਆਏ ਸੀ ਹੈ ਨਾ, ਉੱਥੇ ਸੈਮੀਨਾਰ ਲੱਗਿਆ, ਸੈਮੀਨਾਰ ਤੋਂ ਬਾਹਰ ਤੇ ਹੁਣ ਬੇਲਪੁਰੀ ਖਾ ਕੇ ਆਪਾਂ ਚੱਲ ਪਏ ਹਾਂ, ਤੇ ਹੁਣ ਚੱਲਦੇ ਹਾਂ ਕਿਸੇ ਨਾ ਕਿਸੇ ਮੋਲ ਦੇ ਵਿੱਚ, ਤੇ ਮੋਲ ਦੇ ਵਿੱਚ ਇਹ ਦੇਖੋ ਪਕੌੜੀਆਂ ਪਿੱਛੇ ਲੜਾਈ ਚੱਲ ਰਹੀ ਆ ਵੀ ਪਕੌੜੀਆਂ ਪਿੱਛੇ, ਵਾਹ ਜੀ ਵਾਹ,
ਵੀਹ ਤੀਹ ਰੁਪਏ ਪਿੱਛੇ ਲੜ ਪੈਂਦੇ ਆ ਦੇਖੋ ਗਾਈਸ ਪੰਗੇ ਦੇਖੋ ਬਾਈ ਖਿੰਡ ਜਾਈਆਂ ਪਿੱਛੇ ਲੜਦੇ ਪਏ ਨੇ ਸੂਰੇ ਜਵਾਕ ਹੋ ਤੁਸੀਂ ਸ਼ਰਮ ਨੀ ਆਉਂਦੀ ਤੁਹਾਨੂੰ ਚਮਚੋ ਲੱਗੇ ਪਿੱਛੇ ਤੇ ਲਓ ਜੀ ਗਾਈਸ ਫਿਰ ਇੱਥੇ ਰਾਸਤੇ ਤੁਹਾਨੂੰ ਸਾਰਾ ਮਤਲਬ ਮੈਂ ਦੇਖਿਆ ਨਾ ਬੋਰੇ ਹੁੰਦੇ ਆ ਆਪਾਂ ਕਿਉਂਕਿ ਇਹ ਬਾਈ ਜੀ ਆਪਣੇ ਕਹਿੰਦੇ ਚੌਂਤੀ ਸੈਕਟਰ ਜਾਣਾ ਚੌਂਤੀ ਸੈਕਟਰ ਇੰਨਾ ਦੂਰ ਸੀਗਾ ਪੈਦਲ ਆਏ ਸਾਰੇ ਰਸਤਾ ਇੱਧਰ ਨੂੰ ਆਏ ਜੀ ਬੂਟੇ ਪਾਸੇ ਨੂੰ ਚਲੇ ਮੈਂ ਉਹੀ ਤਾਂ ਮੈਨੂੰ ਸਮਝਣ ਲੱਗੀ ਦੋ ਲੱਖ ਮੈਂ ਡੈਡੀ ਨੂੰ ਕਹਾ ਮੈਨੂੰ ਕਮੈਂਟ ਦਵਾ ਦੇ ਬਾਕੀ ਹੁਣ ਤੁਹਾਨੂੰ ਸਿੱਧਾ ਹੀ ਬਿਨਾਂ ਕਿਸੇ ਠੀਕ ਆ ਚਾਹ ਆਪਣੇ ਇੰਦਰਜੀਤ ਬਾਈ ਦੇ ਕੰਮ ਦਿਖਾਵਾਂ ਤੁਹਾਨੂੰ ਇਹ ਦੇਖੋ ਟੇਬਲ ਤੇ ਵੀ ਕਰਦਾ ਕੰਮ ਮੈਂ ਦਿਖਾਇਓ ਮੜ ਜਾ ਬਾਈ ਆਹ ਦੇਖੋ ਇੱਕ ਆ ਪੀ ਰਿਹਾ ਬਾਈ ਜੀ ਚਾਹ ਉਹ ਪੈਸੇ ਦੇਣ ਲੱਗ ਰਿਹਾ ਪਿੱਛੇ ਤੇ ਆਪਾਂ ਇੱਥੇ ਬੈਠੇ ਚਾਹ ਪੀ ਰਹੇ ਨਜ਼ਾਰੇ ਨਾਲ ਮੈਨੇਜਰ ਰੱਖਿਆ ਹੋਇਆ ਸਾਨੇ ਮਤਲਬ ਖਾਣੇ ਪਲਾਣੇ ਦਾ ਸਾਰਾ ਜਿੰਮਾ ਇਹਦਾ ਇਹ ਆ ਚੁੱਕੇ ਸਾਡੇ ਮੈਨੇਜਰ ਸਾਹਿਬ ਮੈਨੇਜਰ ਇੱਕ ਸਮੋਸਾ ਔਰ ਲਓ ਤੇ ਜਾਣਾ ਕਿ ਨਾ ਇਹ ਘਰ ਮੈਂ ਬਤਮੀਜ਼ ਮੈਨੇਜਰ ਇਸ ਨੂੰ ਨਿਕਾਲੋ ਯਾਰ ਹਾਂ ਨੌਕਰੀ ਸੇ ਨਿਕਾਲਤੇ ਇਸ ਕੋ ਤੋ ਗਾਇਸ ਫਿਰ ਚਾਹ ਪੀ ਲਈਏ ਫਿਰ ਮਿਲ ਜਾਵਾਂਗੇ ਤੁਹਾਨੂੰ ਜ਼ਰੂਰੀ ਸੂਚਨਾ ਇਹ ਜਿਹੜੀ ਚਟਣੀ ਖਿੰਡੀ ਹੋਈ ਹੈ ਨਾ ਟੇਬਲ 'ਤੇ ਇਹ ਮੈਂ ਖੜਾਈ ਹੈ ਇੰਦਰਜੀਤ ਬਾਈ ਨੇ ਨਹੀਂ ਖੜਾਈ ਬਾਈ ਜੀ ਗੁੱਸਾ ਹੋ ਰਹੇ ਸੀਗੇ ਸਰ 'ਤੇ ਮੈਂ ਖੜਾਈ ਆ ਸਾਰਾ ਬੋਰਡ ਮੈਨੂੰ ਮਿਲਣਾ ਚਾਹੀਦਾ ਇਸ ਕਰਕੇ ਖੁਸ਼ ਖੁਸ਼ ਹੈ ਤੋ ਆਟੋ ਦੇ ਵਿੱਚੋਂ ਤੇ ਬੱਸ ਅੱਡੇ ਦੇ ਤੇ ਆਪਣੀ ਇੰਦਰਜੀਤ ਬਾਈ ਆ ਸਾਈਕਲਿੰਗ ਛੱਡ ਗਿਆ ਹਾਂ ਬਚ ਗਿਆ ਤੂੰ ਬੋਲਣ ਲੱਗ ਚੁੱਕੀ ਸੀਗੀ ਉਹ ਹੈਨਾ ਪਟਿਆਲੇ ਦਾ ਬੱਸ ਅੱਡਾ ਤੇ ਆਉਂਦੇ ਤੁਹਾਨੂੰ ਬੈਕ ਕੈਮਰੇ ਨਾਲ ਖਾਲੀ ਪਿਆ ਸਾਰਾ ਪਤਾ ਨਹੀਂ ਕੀ ਚੱਕਰ ਹੈਗਾ ਭੀੜ ਨਹੀਂ ਹੈਗੀ ਬੈਕ ਕੈਮਰੇ ਨਾਲ ਦਿਖਾਉਂਦੇ ਹੈਗੇ ਤੁਹਾਨੂੰ ਹੋ ਜੀ ਗਾਇਸ ਹੁਣ ਆਪਾਂ ਬੈਠ ਚੁੱਕੇ ਆਪਣੇ ਦੇਵਗੜ੍ਹ ਵਾਲੀ ਬੱਸ 'ਚ ਅਤੇ ਆਪਾਂ ਨੇ ਉਤਰਨਾ ਮੀਰਾਪੁਰ ਆਪਣੀ ਮੋਲੋ ਜੀ ਉਤਰਨੇ ਕਾਂਸੀਆਂ ਅਤੇ ਦੇਖੋ ਇਹ ਕੀ ਕਰ ਰਹੇ ਨੇ ਬਾਈ ਕਾਲਿੰਗ ਬ੍ਰੋ ਅੱਛਾ ਕਾਲਿੰਗ ਕਾਲਿੰਗ ਸਿਰ ਲੱਗਿਆ ਨਾ ਦੁਖਣ ਸੱਚੀ ਯਾਰ ਬਹੁਤ ਬੋਲ ਰਹੀ ਹੈ
ਜੀ ਗਾਈਜ਼, ਹੁਣ ਆਪਾਂ ਪਹੁੰਚ ਚੁੱਕੇ ਹਾਂ ਫਾਈਨਲੀ ਮੀਰਾਪੁਰ, ਜਿੱਥੇ ਆਪਾਂ ਸਵੇਰੇ ਮੋਟਰਸਾਈਕਲ ਲਾ ਕੇ ਗਏ ਸੀਗੇ ਅਤੇ ਪਹੁੰਚ ਚੁੱਕੇ ਹਾਂ ਜੀ। ਹੁਣ ਆਪਾਂ ਨੇ ਜਾਣਾ ਦੇਵੀਗੜ੍ਹ ਅਤੇ ਆਪਣੇ ਇੰਦਰਜੀਤ ਬਾਈ ਨੂੰ ਉੱਥੇ ਕੰਮ ਆ ਅਤੇ ਫਿਰ ਉਹ ਤੋਂ ਬਾਅਦ ਆਪਾਂ ਨੇ ਜਾਣਾ ਘਰੇ। ਸੋ ਇਸੇ ਦੇ ਨਾਲ ਆਪਾਂ ਕਰਦੇ ਹਾਂ ਵਲੋਗ ਦਾ ਐਂਡ। ਸੋ ਬਣੇ ਰਹੋ ਵੀਡੀਓ ਦੇ ਵਿੱਚ, ਵੀਡੀਓ 'ਚ ਨਹੀਂ ਚੈਨਲ 'ਤੇ। ਸੋ ਮਿਲਦੇ ਹਾਂ ਫਿਰ ਆਪਾਂ ਕਿਸੇ ਨੈਕਸਟ ਵਲੋਗ ਦੇ ਵਿੱਚ। ਬਾਏ ਬਾਏ।